ਤੁਹਾਨੂੰ ਇੱਕ ਗੱਲ ਸਮਝਣੀ ਪਈ ਕਿ ਨਸ਼ੇ ਦੇ ਦੋ ਚੀਜ਼ਾਂ ਹੈਗੀਆਂ। ਇੱਕ ਹੈਗੀ ਆ ਡਰੱਗ ਸਮਗਲਿੰਗ ਸਪਲਾਈ ਸਾਈਟ, ਉਹਦੇ ਵਿੱਚ ਜਿਹੜੇ ਸਮਗਲਰ ਆ ਵੱਡੇ ਵੱਡੇ ਬੰਦੇ ਆ ਛੋਟੇ ਮੋਟੇ ਫੜੇ ਜਾਂਦੇ ਆ। ਦੂਜੇ ਹੈਗੇ ਜਿਹੜੇ ਕੰਜ਼ਿਊਮਰ ਆ। ਮੈਂ ਇਹਦੇ 'ਤੇ 92 ਦੇ ਵਿੱਚ ਮੈਂ ਏਡਸ 'ਤੇ ਰਿਸਰਚ ਕੀਤੀ ਸੀ। ਪੰਜਾਬ ਦੇ ਵਿੱਚ IV ਡਰੱਗ ਯੂਜ਼ਰ ਨਹੀਂ ਹੁੰਦੇ ਸੀ, ਟੀਕੇ ਲਾਉਣ ਵਾਲੇ ਨਹੀਂ ਹੁੰਦੇ ਸੀ, ਲੋਕ ਫੀਮ ਭੁੱਕੀ ਖਾਂਦੇ ਸੀ। ਸਭ ਤੋਂ ਮੇਰਾ ਪਹਿਲਾ ਚੈਲੰਜ ਆ ਕਿ ਜਿੰਨੇ ਵੀ ਬੰਦੇ ਜਿਹੜੇ ਟੀਕੇ ਲਾਉਣ ਵਾਲੇ ਉਹਨਾਂ ਨੂੰ ਮੈਂ ਓਰਲ ਡਰੱਗਸ 'ਤੇ ਲੈ ਕੇ ਆਵਾਂ, ਤਾਂ ਕਿ ਮੌਤਾਂ ਹੋਣੀਆਂ ਬੰਦ ਹੋ ਜਾਣ। ਦੂਜਿਆਂ ਨੂੰ ਅਸੀਂ ਬਾਅਦ ਵਿੱਚ ਨਜਿੱਠ ਲਾਂਗੇ। ਉਹਨਾਂ ਨੂੰ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਉਹਦੇ ਵਾਸਤੇ ਮੈਨੂੰ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਪਏਗਾ। ਥੋੜ੍ਹਾ ਜਿਹਾ ਟਾਈਮ ਲੱਗੇਗਾ ਉਹਨੂੰ, ਲੇਕਿਨ ਮੈਨੂੰ ਵਾਹਿਗੁਰੂ ਵੱਲੋਂ ਜੇ ਤੁਹਾਡਾ ਸਾਰਿਆਂ ਦਾ ਇਸ ਵੇਲੇ ਸਾਥ ਮਿਲਦਾ ਰਿਹਾ। ਸਭ ਤੋਂ ਪਹਿਲਾਂ ਇਹ ਤਿੰਨ ਕੰਮ ਕਰਦੇ, ਮੇਰਾ ਜਿਹੜਾ ਇੱਕ ਤਾਂ ਹੈਗਾ ਜੀ ਡਰੱਗ ਅਡਿਕਸ਼ਨ ਦਾ, ਵੀ ਜਿਹੜੇ IV ਡਰੱਗ ਜਿਹੜੇ ਟੀਕੇ ਲਾਉਣ ਵਾਲੇ ਆ ਉਹਨਾਂ ਨੂੰ ਮੈਂ ਹਟਾ ਦਾਂ 6 ਮਹੀਨੇ 'ਚ। ਇਟਸ ਅ ਲੌਂਗ ਪ੍ਰੋਸੈਸ। ਹਾਂ, ਦੂਜਾ ਮੇਰਾ ਇਮੀਡੀਏਟ ਕੰਮ ਹੋਏਗਾ ਕਿ ਜਿਹੜੀਆਂ ਸਾਡੀਆਂ ਐਮਰਜੈਂਸੀ ਸਰਵਿਸਿਜ਼ ਹੈ ਉਹਦੇ ਨਾਲ, ਜਿਸ ਤਰ੍ਹਾਂ ਤੁਸੀਂ ਕਿਹਾ ਕਾਰਪੋਰੇਟ ਹੋਸਪਿਟਲ, ਉਹਨੂੰ ਮੈਂ ਕਹੂੰਗਾ ਕਿ ਤੁਸੀਂ 5% ਕਰੋ, ਸਾਨੂੰ ਬੈਡਸ ਦਿਓ, ਉਹਦੀ ਇੱਕ ਲਿਸਟ ਬਣਾ ਕੇ ਐਂਬੂਲੈਂਸ ਸਰਵਿਸ। ਮੇਰੀ ਕੋਸ਼ਿਸ਼ ਹੋਏਗੀ ਕਿ ਜਿਹੜਾ ਚਾਹੇ ਐਕਸੀਡੈਂਟ ਹੋਵੇ, ਹਾਰਟ ਅਟੈਕ ਹੋਵੇ, ਮੈਨੀ ਕੰਡੀਸ਼ਨਸ, ਪਹਿਲੇ ਘੰਟੇ ਨੂੰ ਗੋਲਡਨ ਆਰ ਕਹਿੰਦੇ ਹਾਂ ਅਸੀਂ, ਵੀ ਜਿਹੜੀਆਂ ਐਂਬੂਲੈਂਸ ਵਿਦ ਲਾਈਫ ਸਪੋਰਟ ਉਹ 15-20 ਮਿੰਟ ਅੱਧੇ ਘੰਟੇ 'ਚ ਪੰਜਾਬ ਦੇ ਕੋਨੇ ਕੋਨੇ 'ਚ ਪਹੁੰਚਾਉਣੀਆਂ, ਪਹਿਲਾਂ ਹਾਈਵੇਜ਼ 'ਤੇ, ਫਿਰ ਹੌਲੀ ਹੌਲੀ ਸ਼ਹਿਰਾਂ ਦੇ ਵਿੱਚ ਵੀ ਐਂਬੂਲੈਂਸ ਸਰਵਿਸਿਜ਼। ਐਮਰਜੈਂਸੀ ਕੇਅਰ, ਜਦੋਂ ਇੱਕ ਵਾਰੀ ਬੰਦਾ ਹਸਪਤਾਲ 'ਚ ਆ ਗਿਆ, ਜਦੋਂ ਕੋਈ ਵੀ ਐਮਰਜੈਂਸੀ 'ਚ ਆਏਗਾ, ਚਾਹੇ ਗਵਰਨਮੈਂਟ ਹੋਵੇ, ਹੋਸਪਿਟਲ ਹੋਵੇ, ਸਾਡਾ ਦਿੱਲੀ ਦਾ ਮਾਡਲ ਹੈ ਜੀ, ਮੈਂ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਐਮਰਜੈਂਸੀ ਸਭ, ਚਾਹੇ ਕੋਈ ਬੰਦਾ ਪੰਜਾਬ ਦਾ, ਚਾਹੇ ਕੋਈ ਬਾਹਰੋਂ ਘੁੰਮਣ ਆਇਆ ਹੋਇਆ, ਦੇਸ਼ ਦਾ, ਵਿਦੇਸ਼ ਦਾ, ਜਿਹੜੇ ਦੇਸ਼ ਦਾ ਮਰਜ਼ੀ ਹੋਵੇ, ਜਿਹੜੀ ਉਹਦੀ ਇਨ ਐਨੀ ਕੇਸ ਕੋਈ ਮਤਲਬ ਕੋਈ ਐਕਸੀਡੈਂਟ ਹੋ ਗਿਆ ਕਿਸੇ ਦਾ, ਕੋਈ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਹੋਏ ਨੂੰ, ਜਿਹੜੀ ਪਹਿਲੀ ਉਹਦੀ ਕੇਅਰ ਹੋਵੇ ਉਹ ਫ੍ਰੀ ਹੋਵੇ, ਮੇਰੀ ਕੋਸ਼ਿਸ਼ ਕਰਾਂਗਾ। ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗ ਸਕਦਾ। ਡਾਕਟਰ ਸਾਹਿਬ, ਡਾਕਟਰ ਚੁਣੌਤੀਆਂ ਕੀ ਨੇ, ਕਿਉਂਕਿ ਨਾ ਹਸਪਤਾਲਾਂ ਦੇ ਵਿੱਚ ਹਜੇ ਵੀ ਦਵਾਈਆਂ ਨੇ ਉਸ ਤਰੀਕੇ ਨਾਲ ਹੈਗੀਆਂ, ਇਲਾਜ ਲਈ ਉਸ ਤਰੀਕੇ ਨਾਲ ਮਰੀਜ਼ ਰੁਲ ਰਹੇ ਨੇ, ਕਿਉਂਕਿ 9-9.5 ਮਹੀਨੇ ਹੋ ਗਏ ਤੁਹਾਡੀ ਸਰਕਾਰ ਨੂੰ, ਤੁਹਾਡੇ ਸਾਹਮਣੇ ਹੁਣ ਚੁਣੌਤੀਆਂ ਬਹੁਤ ਨੇ, ਕੀ ਕਰੋਗੇ ਸਭ ਤੋਂ ਪਹਿਲਾਂ? ਦੇਖੋ, ਜਿਹੜੀਆਂ ਚੁਣੌਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਇੱਕ ਓਪਰਚੁਨਿਟੀ ਛੁਪੀ ਹੁੰਦੀ ਹੈ ਜੀ, ਉਹਦੇ ਵਿੱਚ ਸੰਭਾਵਨਾਵਾਂ ਵੀ ਹੁੰਦੀਆਂ। ਸੋ ਮੈਂ ਹਰ ਚੁਣੌਤੀ ਦੇ ਵਿੱਚ, ਮੇਰੀ ਤਾਂ ਜ਼ਿੰਦਗੀ ਇੱਦਾਂ ਸੀ, ਮੈਂ ਤਾਂ ਸਕੂਲ ਤੁਹਾਨੂੰ ਦੱਸਿਆ, ਮੈਂ ਪਿੰਡ ਮੈਂ ਬਰੋਟੇ ਥੱਲੇ ਬੈਠ ਕੇ ਪੜ੍ਹਦਾ ਸੀ, ਮੈਂ ਉਦੋਂ ਕਿਹਾ ਮੈਂ ਡਾਕਟਰ ਬਣਨਾ, ਲੋਕ ਹੱਸਦੇ ਸੀ। ਫਿਰ ਮੈਂ ਕਿਹਾ ਮੈਡੀਕਲ ਕਾਲਜ ਪੜ੍ਹਾਉਣਾ, ਫਿਰ ਲੋਕ ਹੱਸਦੇ ਸੀ। ਫਿਰ ਮੈਂ ਕਿਹਾ ਮੈਂ ਰਾਜਨੀਤੀ ਜਾਣਾ, ਫਿਰ ਲੋਕ ਹੱਸਦੇ ਸੀ। ਸੋ ਮੈਂ ਚੁਣੌਤੀਆਂ, ਜਿਹੜੀ ਚੁਣੌਤੀ ਹੈ ਹਾਂਜੀ, ਮੈਂ ਕਦੇ ਨਹੀਂ ਸੋਚਿਆ ਸੀ, ਇਹ ਮੈਂ ਕਦੇ ਨਹੀਂ ਸੋਚਿਆ ਸੀ। ਮੈਨੂੰ, ਮੈਂ ਇੱਕ MLA ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ। ਮਸ਼ਰੂਮਿੰਗ ਬਹੁਤ ਹੋਈ ਹੈ ਪਿਛਲੇ ਸਾਲਾਂ ਦੇ ਵਿੱਚ ਪ੍ਰਾਈਵੇਟ ਮੈਡੀਕਲ ਕਾਲਜਸ ਦੀ, ਉਹਦੇ ਜੋ ਆਊਟਪੁੱਟ ਉਸ ਤਰੀਕੇ ਦੀ ਨਹੀਂ ਆ ਰਹੇ, ਕੀ ਕੋਸ਼ਿਸ਼ ਕਰੋਗੇ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਇੰਡਕਸ਼ਨ ਹੈਗੀ ਆ ਉਹ ਗਵਰਨਮੈਂਟ ਕਾਲਜਸ ਦੇ ਵਿੱਚ ਹੋਵੇ? ਜੇ ਅਸੀਂ ਗੱਲ ਕਰੀਏ ਮੈਡੀਕਲ ਕਾਲਜਸ ਦੀ, ਕਾਫੀ ਰਿਫੋਰਮਸ ਦੀ ਲੋੜ ਹੈ। ਮੈਡਮ, ਮੈਂ ਨਾ ਸਿਸਟਮਸ ਬਣਾਵਾਂਗਾ ਮੈਡੀਕਲ ਐਜੂਕੇਸ਼ਨ ਵਾਸਤੇ ਨਾ, ਇੱਕ ਜਿਹੜਾ ਜੋ ਵੀ ਜੋ ਸਰਕਾਰ ਦਾ ਕੰਮ ਹੈ, ਜੋ ਮੈਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਗਾਈਡ ਵੀ ਕੀਤਾ, ਮੈਂ ਉਹਦੀਆਂ ਪ੍ਰੋਸੈਸਸ, ਉਹਦੇ ਪ੍ਰੋਟੋਕੋਲਸ, ਅਸੀਂ ਉਹਨੂੰ ਰੈਂਡੋਮਾਈਜ਼ ਟ੍ਰਾਇਲ ਕਹਿੰਦੇ ਹਾਂ, ਰੈਂਡੋਮਾਈਜ਼ਡ। ਉਹ ਹੋ ਸਕਦਾ ਕਿ ਜਿਹੜੀ ਮੇਰੀ ਬਾਰਡਰ ਏਰੀਆ ਦੇ ਵਿੱਚ ਡਰੱਗ ਡੀ ਅਡਿਕਸ਼ਨ ਦੀ ਸਟ੍ਰੈਟਜੀ ਅਲੱਗ ਹੋਵੇ, ਪਟਿਆਲੇ 'ਚ ਅਲੱਗ ਹੋਵੇ, ਇਟ ਕੈਨ ਵੇਰੀ ਫਰੋਮ ਸਿਟੀ ਟੂ ਸਿਟੀ। ਸੋ ਇਸੇ ਤਰ੍ਹਾਂ ਜਿਹੜਾ ਹੈਲਥ ਮਾਡਲ ਹੈ, ਪਿੰਡਾਂ ਵਿੱਚ ਚੈਲੇਂਜਸ ਡਿਫਰੈਂਟ ਹੈ, ਸ਼ਹਿਰ ਵਿੱਚ ਡਿਫਰੈਂਟ ਹੈ, ਬਿਮਾਰੀਆਂ ਦਾ ਪੈਟਰਨ ਅਲੱਗ ਹੈ। ਸੋ ਇਹਨੂੰ ਅਸੀਂ, ਮੈਂ ਜਿਸ ਤਰ੍ਹਾਂ ਪਹਿਲਾਂ ਮੈਂ ਇੱਕ ਪਿੰਡ ਦੇ ਵਿੱਚ ਲੱਗਿਆ ਹੋਇਆ ਸੀ, ਕੋਲੀ ਲੱਗਿਆ ਹੋਇਆ ਸੀਗਾ, ਮੈਂ ਏਡਸ 'ਤੇ ਰਿਸਰਚ ਕੀਤੀ, ਨੌਰਥ ਇੰਡੀਆ 'ਚੋਂ ਪਹਿਲੀ ਸੀ, ਮੈਂ PGI ਨਾਲ ਕੋਲੈਬੋਰੇਸ਼ਨ ਕੀਤੀ, ਮੈਂ ਉਹਨਾਂ ਨੂੰ ਜਾ ਕੇ ਮਿਲਿਆ, ਮੈਂ ਹੁਣ ਵੀ ਉਹਨਾਂ ਨੂੰ ਮਿਲਾਂਗਾ ਜਾ ਕੇ। ਮੈਂ ਦਿੱਲੀ ਦਾ, ਜਿਹੜੇ ਸਾਰੇ ਜਿਵੇਂ ਸਾਡਾ ਦਿੱਲੀ ਦਾ ਮਾਡਲ ਹੈ ਉਹਦੇ ਬਾਰੇ ਮੈਂ ਭਲੀਭਾਂਤ ਵਾਕਫ ਹੈ। ਅਸੀਂ ਬਾਰਡਰ ਦੇ ਉੱਤੇ ਜਿਹੜੇ ਬੰਦੇ ਹਾਰਟ ਅਟੈਕ ਹੋ ਕੇ ਮਰਦੇ ਸੀ ਉਹਨਾਂ ਦੀ ਮੋਰਟੈਲਿਟੀ ਰੇਟ ਅਸੀਂ 50% ਘੱਟ ਕਰਤੀ ਸੀ, ਸਾਡੀਆਂ ਐਂਬੂਲੈਂਸ ਤਿਆਰ ਹੁੰਦੀਆਂ ਸੀ, ਦਿੱਲੀ ਦੀ ਗਵਰਨਮੈਂਟ ਨੇ ਸਾਨੂੰ ਇੰਨਾ ਸਾਥ ਦਿੱਤਾ ਅਤੇ ਉਹਨਾਂ ਦੇ ਹੋਸਪਿਟਲ ਅੱਗੇ ਤਿਆਰ ਹੁੰਦੇ ਸੀ, ਅਸੀਂ ਉਹਨਾਂ ਨੂੰ ਫੋਨ ਕਰਦੇ ਸੀ, ਇਹੋ ਜਿਹਾ ਸਿਸਟਮ ਇੱਥੇ ਬਣਾ ਕੇ ਦੂੰਗਾ, ਜਿਵੇਂ ਬਾਰਡਰ 'ਤੇ ਬਣਾ ਸਕਦਾ ਇੱਥੇ ਕਿਉਂ ਨਹੀਂ ਬਣਾ ਸਕਦਾ ਜੀ ਮੈਂ। ਬਾਰਡਰ ਦੇ ਉੱਤੇ ਉਹਨਾਂ ਨੂੰ ਜਾਂਦਾ ਸੀਗਾ, ਕਰੋਨਾ ਉੱਥੇ ਆਇਆ, ਅਸੀਂ ਆਕਸੀਜਨ ਦਾ ਲੰਗਰ ਲਾਇਆ ਉੱਥੇ, ਉੱਥੇ ਕਰੋਨਾ ਤੁਸੀਂ ਦੇਖਿਆ ਹੋਣਾ, ਬਾਰਡਰ 'ਤੇ ਕਰੋਨਾ ਨਾਲ ਮੌਤਾਂ ਨਹੀਂ ਜੀ ਹੋਈਆਂ, ਉਹਦੇ 'ਚ ਮੈਨੂੰ ਸਾਰੇ ਕਿਸਾਨਾਂ ਨੇ ਮੇਰਾ ਸਾਥ ਦਿੱਤਾ, ਆਸੇ ਪਾਸੇ ਹੋਈਆਂ, ਸਾਰੇ ਪਾਸੇ ਹੋਈਆਂ, ਦਿੱਲੀ 'ਚ ਵੀ, ਹਰਿਆਣੇ 'ਚ ਵੀ, ਪੰਜਾਬ 'ਚ ਵੀ ਹੋਈਆਂ, ਲੇਕਿਨ ਬਾਰਡਰ 'ਤੇ ਨਹੀਂ ਹੋਈਆਂ। ਅਸੀਂ ਉਹਨਾਂ ਦੇ ਵਾਸਤੇ ਜੋ ਵੀ ਉੱਥੇ ਅਸੀਂ ਕਰ ਸਕਦੇ ਸੀ ਸਾਰਾ ਕੁਝ ਕੀਤਾ ਸੀ। ਸੋ ਇਸ ਤਰ੍ਹਾਂ ਇਹਦੇ ਮੈਂ ਸਾਰਿਆਂ ਦੇ, ਜਿਵੇਂ ਉੱਥੇ ਮੱਖੀਆਂ ਮੱਛਰ ਬਹੁਤ ਸੀਗੇ, ਉਹਦੇ ਵਾਸਤੇ ਮੈਂ ਸਪੈਸ਼ਲ ਕੰਪੇਨ ਰਨ ਕੀਤੀ, ਲੋਕਾਂ ਨੂੰ ਐਜੂਕੇਟ ਕੀਤਾ, ਅਸੀਂ ਉੱਥੇ ਮੱਖੀਆਂ ਔਰ ਮੱਛਰਾਂ ਨਾਲ ਹੋਣ ਵਾਲੀ ਕੋਈ ਬਿਮਾਰੀ ਨਹੀਂ ਉੱਥੇ ਹੋਣ ਦਿੱਤੀ। ਤੁਸੀਂ ਜ਼ਿਕਰ ਕੀਤਾ ਕਿ ਅਸੀਂ ਜਿਹੜਾ ਟੀਕਿਆਂ ਤੋਂ ਲੋਕਾਂ ਨੂੰ ਛੁਡਵਾਵਾਂਗੇ, ਇੱਕ ਜ਼ਿਕਰ ਪੰਜਾਬ 'ਚ ਹਮੇਸ਼ਾ ਆਉਂਦਾ ਕਿ ਅਫੀਮ ਭੁੱਕੀ ਨੂੰ ਪੰਜਾਬ ਦੇ ਜਿਹੜੇ ਡਰੱਗ ਦੇ ਤੌਰ 'ਤੇ ਚਾਲੂ ਕੀਤਾ ਜਾਵੇ, ਤੁਹਾਡੇ ਪੁਰਾਣੇ ਸੰਸਦ ਮੈਂਬਰ ਔਰ ਪਟਿਆਲਾ ਤੋਂ, ਯਾਰ ਮੇਰਾ ਗਲਤ ਸੀਗਾ, ਚਲੋ ਕੋਈ ਨਹੀਂ ਕੋਈ ਗੱਲ, ਜਿਹੜੇ ਧਰਮਵੀਰ ਗਾਂਧੀ ਉਹ ਖੁਦ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਜਿਹੜੀ ਇਹ ਰਵਾਇਤੀ ਨਸ਼ੇ ਉਹਨਾਂ ਨੂੰ ਰਿਵਾਈਵ ਕੀਤਾ ਜਾਵੇ। ਇਹ ਇੱਕ ਤਾਂ ਇਹਦੇ ਵਾਸਤੇ ਤੁਸੀਂ ਇਸ ਵੇਲੇ ਡਿਟੇਲ 'ਚ ਨਹੀਂ ਮੈਂ ਜਾਂਦਾ, ਚਾਈਨਾ ਦੀ ਦੇਖ ਲਓ ਤੁਸੀਂ, ਰੀਸੈਂਟ ਜਿਹੜੀ ਹੈਗੀ ਆ ਜਿਹਨੂੰ ਰੀਕ੍ਰੀਏਸ਼ਨਲ ਡਰੱਗਸ ਕਹਿੰਦੇ ਆ, ਉਹ ਉਹਨਾਂ ਨੇ ਕੈਨੇਡਾ
ਜਦੋਂ ਇੱਕ ਬਹੁਤ ਸਾਰੀ ਅਨਇੰਪਲਾਇਮੈਂਟ ਹੋਵੇ, ਇੱਕ ਮਿਕਸਚਰ ਹੁੰਦਾ ਜੀ, ਅਨਇੰਪਲਾਇਮੈਂਟ ਹੋਵੇ ਜਿਵੇਂ ਤੁਹਾਡੇ ਬੇਰੁਜ਼ਗਾਰੀ ਹੋ ਗਈ, ਅਨਪੜ੍ਹਤਾ ਹੋ ਗਈ, ਇੱਕ ਮਿਕਸਚਰ ਹੁੰਦਾ ਜਿਹਦੇ ਵਿੱਚ ਪੀਪਲ ਕੈਨ ਵੀ ਈਜ਼ੀਲੀ ਮਿਸਗਾਈਡਡ। ਵੈਸਟਡ ਇੰਟਰਸਟ ਹੈਗੇ ਆ। ਮੈਂ ਤੁਹਾਨੂੰ ਕਿਹਾ ਕਿ ਪਹਿਲਾਂ ਲੋਕ ਆਈ ਵੀ ਡਰੱਗ ਯੂਜ਼ ਨਹੀਂ ਕਰਦੇ ਸੀ, ਅੰਨੇ ਨਸ਼ੇ ਨਹੀਂ ਕਰਦੇ ਸੀ। ਪੰਜਾਬ ਵਾਜ਼ ਏ ਟ੍ਰਾਂਜ਼ਿਟ ਸਟੇਟ, ਇਹ ਕੰਜ਼ੂਮਰ ਸਟੇਟ ਨਹੀਂ ਹੁੰਦਾ ਸੀ। ਮਤਲਬ ਮੈਂ ਇਹਦੇ ਨਾਲ ਸ਼ੁਰੂ ਤੋਂ ਮੇਰਾ ਇੱਕ ਤੁਸੀਂ ਕਹਿ ਲਓ ਵੀ ਮੇਰੇ ਦਿਲ 'ਚ ਸੀਗਾ ਹੈ ਵੀ ਪੰਜਾਬ ਨੂੰ ਇਸ ਤੋਂ ਬਚਾਉਣਾ। ਅਤੇ ਇਸ ਕਰਕੇ ਜਿਹੜਾ ਜਿਹੜਾ ਤੁਹਾਡਾ ਸਵਾਲ ਹੈ ਨਾ ਕਿ ਸਪੈਸੀਫਿਕ, ਇਹਦੇ ਵਾਸਤੇ ਮਤਲਬ ਮੈਨੂੰ ਬਹੁਤ ਮਿਹਨਤ ਕਰਨੀ ਪਏਗੀ, ਲੇਕਿਨ ਮੈਂ ਉਹ ਕਰਾਂਗਾ।